ਨਾਸ਼ਤੇ ਦੇ ਵਿੱਚ ਅਗਰ ਚਾਹ ਮਿਲ ਵਣੀ ਤਾਂ ਹੋਰ ਕੀ ਚਾਹੀਦਾ। ਮੌਸਮ ਦੇਖੋ ਸਾਡਾ, ਈਦ ਦੀ ਸੈਕਿੰਡ ਨੀ, ਕਿਤਨਾ ਖੂਬਸੂਰਤ। ਵੈਸੇ ਯਾਰ ਮਿੱਠੀ ਈਦ ਹੋਵੇ ਜਾਂ ਨਮਕੀਨ, ਇਸ ਸ਼ੈ ਬਿਨਾ ਦੂਰੀ ਹੈ। ਕਾਫੀ ਤੇਜ਼ ਥੀ ਚੁੱਕੀ ਹੋਈ ਯਾਰ, ਮੈਂ ਨਾ ਫੀ ਅੰਦਰ। ਵੈਸੇ ਯਾਰ ਇੰਜੋਇੰਗ ਸੀਨ ਹੈ, ਲੇਕਿਨ ਕੱਲ ਦਿਨ ਇਸ ਬਾਰ ਇਤਨਾ ਜ਼ਿਆਦਾ ਨਹੀਂ। 3 ਸਾਲ ਪਹਿਲੇ ਦੀ ਗੱਲ ਹੈ। ਵੈਸੇ ਮੈਂ ਤੇਜ਼ ਦੇ ਖਾਂਦਾ ਬੈਠਾ ਹਾਂ, ਵੇਸ ਉਹ ਅਗੂ ਆਇਆ, ਉਸਕੋ ਲਗਾ ਇੱਥੇ ਮੱਥੇ ਦੇ ਵਿੱਚ ਬਿਲਕੁਲ ਉੱਡ ਕੇ ਉਹ ਮੈਂ ਡੱਟਾ, ਉਹਦੇ ਮੱਥੇ ਚੋਂ ਇਤਨਾ ਖੂਨ ਨਿਕਲ ਆਉਣਾ, ਉਸ ਵਾਰ ਮੈਂ ਇਤਨਾ ਡਰ ਗਿਆ। ਅਸਲਾਮ ਅਲੈਕੁਮ, ਮੈਂ ਹਾਂ ਜਬਾਰ, ਕਿੰਨਾ ਸਾਰੇ ਖੈਰ ਖਰੀਆ ਤੁਹਾਨੂੰ ਵਾਸਤੇ। ਅੱਜ ਦੀ ਮਜ਼ੇਦਾਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਚੈਨਲ ਕੋ ਸਬਸਕ੍ਰਾਈਬ ਕਰਕੇ ਨੂੰ ਬੜਾ ਸ਼ੁਰੂ ਕਰਦੇ ਅੱਜ ਦੀ ਨਵੀਂ ਅਤੇ ਖੂਬਸੂਰਤ ਵੀਡੀਓ। ਵੈਸੇ ਈਦ ਦਾ ਰੋਜ਼ਾ ਦਿਨ ਸਾਰਿਆਂ ਕੋ ਮੁਬਾਰਕ ਹੋਵੇ। ਵੈਸੇ ਅੱਜ ਵਾਲਾ ਜਿਹੜਾ ਹੋਏ ਅੱਗੇ ਆ ਕੇ, ਵੈਸੇ ਅੱਜ ਵਾਲਾ ਜਿਹੜਾ ਦਿਨ ਹੈ, ਸਾਰਾ ਲੋਕ ਜਿਹੜੇ ਹਨ ਆਊਟਿੰਗ 'ਤੇ ਗੁਜ਼ਰੇ ਦਿਨ। ਵੈਸੇ ਅਸਾਂ ਦਿਹਾਤੀਆਂ ਦਾ ਕੋ ਪਤਾ ਹੈ, ਅਸਾਂ ਤਾਂ ਆਪਣੇ ਘਰਾਂ ਨਾਲ ਸਪੈਂਡ ਕਰਨਾ ਸਭ ਕੁਝ ਪਸੰਦ ਹੈ। ਮੈਂ ਕੋ ਤਾਂ ਪਸੰਦ ਹੈ ਵੈਸੇ ਆਪਣੇ ਘਰਾਂ ਨਾਲ ਸਪੈਂਡ ਕਰਾਂ, ਬਾਕੀ ਤੁਹਾ ਕੁਝ ਜੇ ਵੀ ਹੋਵੇ ਆਪਣਾ ਸ਼ੌਂਕ ਪੂਰਾ ਕਰੋ। ਵੈਸੇ ਤਾਂ ਵੈਸੇ ਮੈਂ ਉੱਠੇ ਤੇ ਹਾਲੇ ਨਾਸ਼ਤਾ ਕਰਨਾ ਅਤੇ ਬਾਕੀ ਦੁਪਹਿਰ ਦਾ ਖਾਣਾ ਖਾਣਾ ਹੈ। ਸਾਰੇ ਨਾਸ਼ਤਾ ਕਰਨਾ ਕਿਉਂਕਿ ਮੈਂ ਕਾਫੀ ਲੇਟ ਉੱਠਾਂ ਅਤੇ ਉਸ ਤੋਂ ਬਾਅਦ ਤੱਕ ਮਾਹੌਲ ਲਿਖੇ ਨਾ। ਵੈਸੇ ਤਾਂ ਖਾਂਦੇ ਹੋ ਤਾਂ ਬਾਜਾ ਉਹ ਨਾ, ਤੁਹਾਨੂੰ ਪਤਾ ਮੈਂ ਤਾਂ ਖਾ ਵੈਸਾ ਅਤੇ ਇੰਜੋਏ ਕਰੋ। ਨਾਸ਼ਤੇ ਦੇ ਵਿੱਚ ਅਗਰ ਚਾਵਲ ਮਿਲ ਵਣੇ ਤਾਂ ਹੋਰ ਕੀ ਚਾਹੀਦਾ, ਬਾਕੀ ਸਾਰੀਆਂ ਸਬਜ਼ੀਆਂ ਇੱਕ ਤਰਫ, ਲੇਕਿਨ ਸਾਰੇ ਮਨਪਸੰਦ ਚਾਵਲ ਇੱਕ ਹੈ ਵੀ ਸੀਨ ਥੀ ਜਾਂਦਾ। ਚਾਵਲ ਅਗਰ ਮਿਲ ਵਣੇ ਸੁਬਹ ਸੁਬਹ ਤਾਂ ਵੈਸੇ ਤੁਹਾਨੂੰ ਮੌਸਮ ਦਿਖਾਵਾਂ ਯਾਰ, ਕਰਾਚੀ ਚਾਹ ਤਾਂ ਪੈਣ 5-6 ਨਹੀਂ ਤੂੰ ਬਾਰਿਸ਼ ਆਉਂਦੀ ਪਈ ਹੋ ਅਤੇ ਅੱਲਾ ਤਾਲਾ ਦੇਵ ਯਾਰ ਸਾਦੇ ਵੀ ਸਾਦੇ ਰਾਵੇਂ ਤਾਂ ਕਾਫੀ ਖੂਬਸੂਰਤ ਸੀਨ ਹੋਣੀਆਂ। ਤਾਂ ਤੁਹਾਨੂੰ ਬਦਲ ਲਿਖਾਵਾਂ ਸਾਰੇ ਕੋਲ ਇਤਨਾ ਖੂਬਸੂਰਤ ਆ ਚੁੱਕਾ ਵੀ ਸਾਈਡ ਦਰੂ ਅਤੇ ਸ਼ਾਇਦ ਸਾਦਰ ਗਿਆ ਸੀ ਤਾਂ ਤੁਹਾਨੂੰ ਸੀਨ ਵੀ ਲਿਖਿਆ ਸਾਂ। ਅਤੇ ਇੱਦਾਂ ਸੈਕਿੰਡ ਡੇ ਅਸਾਂ ਕਾਫੀ ਅੱਛੇ ਤਰੀਕੇ ਨਾਲ ਸਪੈਂਡ ਕਰੇ ਸਾਨੂੰ ਸਾਰੇ ਇਕੱਠੇ ਰਹੇ ਅਤੇ ਮਜ਼ੇਦਾਰ ਵੀਡੀਓ ਨਾਲ ਤੁਸਾਂ ਵੀ ਇੰਜੋਏ ਕਰੇ। ਨਮਕੀਨ ਚੀਜ਼ਾਂ ਖਾ ਖਾ ਕੇ ਨਾ ਮਤਲਬ ਬੰਦਾ ਹੁਣ ਦਿਲ ਆਦਾ ਖੜਿਆ ਕਿ ਮੈਂ ਇੱਕ ਮਿੱਠੀ ਸ਼ਾਇਦ ਚਾਹ ਕੇ ਖਾਵਾਂ, ਤਾਂ ਜੁਲਦਾ ਵੈਸੇ ਫਰਿੱਜ 'ਚ ਦੇ ਦਾਂ ਅਗਰ ਪਈਏ ਤਾਂ ਕਾਈ ਇੰਜੋਏ ਕਰਾਂ। ਵੈਸੇ ਯਾਰ ਮਿੱਠੀ ਈਦ ਹੋਵੇ ਜਾਂ ਨਮਕੀਨ, ਇਸ ਸ਼ੈ ਬਿਨਾ ਦੂਰੀ ਹੈ। ਅਤੇ ਸ਼ਾਇਦ ਤੁਹਾ ਕੋਈ ਬਹੁਤ ਪਸੰਦ ਹੋ ਸੀ ਅਤੇ ਮੈਂ ਕੋਈ ਬਹੁਤ ਪਸੰਦ ਹੈ ਤਾਂ ਭੂ ਓਏ ਕਿਹੜੀ ਸ਼ਾਇਦ ਨਿਕਲਾ ਖਾਂਦੇ ਹੋ ਤਾਂ ਭਾਜਾ ਵੀ ਯਾਰ ਵੈਸੇ ਨਾ ਤੁਹਾਨੂੰ ਪਤਾ ਹੈ ਮੈਂ ਤਾਂ ਖਾ ਵੈਸਾ ਨਾ। ਤੁਹਾਨੂੰ ਕਿਹੜੀ ਕਿਹੜੀ ਸ਼ਾਇਦ ਪਸੰਦ ਹੈ ਕਮੈਂਟ ਕਰਕੇ ਲਾਜ਼ਮੀ ਦੱਸਿਆ ਹੈ। ਦੇਖੋ ਤਾਂ ਇਹ ਸ਼ਾਇਦ ਸਾਰਿਆਂ ਨਾਲੋਂ ਜ਼ਿਆਦਾ ਪਸੰਦ ਹੈ ਭਾਈ ਯਾਰ, ਸਹੀ ਆ ਦਿਨ ਯਾਰ, ਦੋਸਤਾਂ ਬਿਨਾਂ ਅਤੇ ਮਿਠਾਈ ਬਿਨਾਂ ਈਦ ਅਧੂਰੀ ਹੈ। ਮੌਸਮ ਦੇਖੋ ਸਾਡਾ, ਈਦ ਦੀ ਸੈਕਿੰਡ ਨੀ, ਕਿਤਨਾ ਖੂਬਸੂਰਤ ਸਾਰਾ ਬੱਦਲ ਆ ਚੁੱਕਿਆ। ਵੈਸੇ ਜਿਹੜਾ ਸਾਰਾ ਈਦ ਦਾ ਫਸਟ ਟਾਈਮ ਹੈ ਨਾ, ਉਹ ਸਾਰਾ ਅਸਾਂ ਆਪਣੇ ਘਰ ਸਪੈਂਡ ਕਰਨੇ ਹਾਂ, ਲੇਕਿਨ ਸੈਕਿੰਡ ਟਾਈਮ ਸਾਰਾ ਡੇ ਤੱਕ ਪਤਾ ਘਰ ਤਾਂ ਇੰਜੋਏ ਇਤਨਾ ਕਰ ਨਹੀਂ ਸਕੇ, ਵੈਸੇ ਘਰ ਵੀ ਅੱਛਾ ਖਾਸਾ ਸਾਰਾ ਇੰਜੋਏ ਥੀ ਜਾਂਦਾ, ਲੇਕਿਨ ਦਿਲ ਲੱਗਦਾ ਵੀ ਸੈਕਿੰਡ ਟਾਈਮ ਇੰਜੋਏ ਕਰੂੰ ਕਿਉਂਕਿ ਮਤਲਬ ਇੱਕ ਅਲੱਗ ਮਜ਼ਾ ਆਉਂਦਾ ਹੈ। ਤਾਂ ਵੈਸੇ ਮੈਂ ਕੁਝ ਸਹਿ ਸਾਂ, ਕਾਫੀ ਖੂਬਸੂਰਤ ਤਰੀਕੇ ਨਾਲ ਇੰਜੋਏ ਕੀਤਾ ਕਿ ਆਹ ਸਾਰਾ ਇੰਜੋਏ ਤੁਹਾਨੂੰ ਪਸੰਦ ਆਏ। ਵੈਸੇ ਅਸਾਂ ਅੱਜ ਦੁਬਾਰਾ ਵੀ ਵੰਜਣਾ ਇੰਜੋਏ ਕਰਾਂ, ਤਾਂ ਕਿਉਂਕਿ ਮੈਂ ਕੁਝ ਵਿਸ਼ੇ ਪਸੰਦ ਨਹੀਂ, ਤਾਂ ਤੁਸੀਂ ਮੇਰੇ ਵਿਅਰਸ ਮੇਰੇ ਕਾਰਨ ਫੈਮਿਲੀ ਦੀ ਤਰ੍ਹਾਂ ਹੋ, ਤਾਂ ਮੈਂ ਤੁਹਾਨੂੰ ਖੂਬਸੂਰਤ ਮਾਹੌਲ ਲਾਜ਼ਮੀ ਲਿਖਿਆ ਨਾ, ਕਿਉਂਕਿ ਮੈਂ ਤਾਂ ਆਖਿਆ ਮੈਂ ਜਿਸ਼ੇ ਮੇਰਾ ਦਿਲ ਕਰਿੰਦਾ ਦੇਖਣ ਵਾਸਤੇ, ਤਾਂ ਮੈਂ ਉਹ ਆਪ ਵੀ ਦਿਲ ਨਾਲ ਲਿਖਾਂ, ਤੁਹਾਨੂੰ ਵੀ ਦਿਲ ਨਾਲ ਲਿਖਿਆ ਯਾਰ। ਬਹੁਤ ਖੂਬਸੂਰਤ ਬਦਲ ਆ ਚੁੱਕਿਆ ਕਿ ਨਹੀਂ, ਬਾਰਿਸ਼ ਨਾ ਆਵਣੀ, ਬਾਰਿਸ਼ ਆਵਣੀ ਉਂਝ ਤਾਂ ਅਸਾਂ ਗਲੀਆਂ 'ਚ ਭੱਜਦੇ ਰਹਿ ਪੈਂਦੇ ਹਾਂ ਇੰਜੋਏ ਕਰਨੇ ਹਾਂ, ਲੇਕਿਨ ਤੁਹਾਨੂੰ ਨਾ ਦਿਖਾ ਸਕਦਾ ਕਿਉਂਕਿ ਮੇਰਾ ਮੋਬਾਈਲ ਵਾਟਰ ਪਰੂਫ ਹੈ ਕੋਨਾ, ਇਸੇ ਵਜ੍ਹਾ ਤੋਂ ਤਾਂ ਮੌਸਮ ਤਾਂ ਕਾਫੀ ਖੂਬਸੂਰਤ ਬਣ ਚੁੱਕਿਆ। ਵੈਸੇ ਯਾਰ ਯਾਰ ਮੈਂ ਕੁਝ ਸਵੇਰ ਟਾਈਮ ਨੀਂਦ ਆ ਗਈ ਅਤੇ ਮੈਂ ਹੁਣ ਉੱਠਾਂ ਅਤੇ ਹਲਕੀ ਹਲਕੀ ਬਾਰਿਸ਼ ਆਉਂਦੀ ਖੜੀ, ਤਾਂ ਕਿਤਨਾ ਮਜ਼ਾ ਹੈ ਯਾਰ, ਕਿਤਨਾ ਬਦਲ ਆ ਚੁੱਕਿਆ ਕਿ ਮੈਂ ਕੱਪੜੇ ਛੱਪੜੇ ਚੇਂਜ ਕਰਕੇ ਦਿਨ ਇੰਜੋਏ ਵਾਸਤੇ ਤੁਹਾਨੂੰ ਸੀਨ ਦਿਖਿਆ ਨਾ। ਵੈਸੇ ਇਤਨਾ ਈਦ ਦੀ ਸੈਕਿੰਡ ਵਾਰ, ਵੈਸੇ ਬਾਰਿਸ਼ ਕਾਫੀ ਖੂਬਸੂਰਤ ਮਾਲ ਇਹ ਜੀ, ਵੈਸੇ ਖੂਬਸੂਰਤ ਈਦ ਅਸਾਂ ਪਹਿਲੇ ਨਾ ਹੀ ਗੁਜ਼ਾਰੀ, ਮਤਲਬ ਵੱਡੀ ਈਦ ਅਤੇ ਵੈਸੇ ਛੋਟੀ ਈਦ ਤਾਂ ਮੈਂ ਸੁਣਾ ਕਿ ਕਿੰਨਾ ਬਾਰਿਸ਼ ਆਉਂਦੇ, ਲੇਕਿਨ ਵੱਡੀ ਈਦ ਅਤੇ ਬਾਰਿਸ਼ ਆਉਣੀ ਉਹ ਜਿਹਾ ਖੂਬਸੂਰਤ ਸੀਨ ਕੋ ਨਹੀਂ। ਵੈਸੇ ਮੈਂ ਆਪਣੇ ਖੂਬਸੂਰਤ ਦਰਖਤ ਦੀ ਛਾਂ ਤੁਹਾਡੇ ਬਹਿ ਕੇ ਅਤੇ ਇਸ ਖੂਬਸੂਰਤ ਬਾਰਿਸ਼ ਨੂੰ ਇੰਜੋਏ ਕਰਨ ਦਾ ਬੈਠਾ, ਤਾਂ ਬਿਲਕੁਲ ਸਲੋ ਥੀ ਗਈ ਅਤੇ ਇਤਨੀ ਖੂਬਸੂਰਤ ਫੀਲਿੰਗ ਹੈ ਨਾ, ਹੈਵੀ ਮੌਸਮ ਬਣਾ ਖੜੇ ਵੈਸੇ ਸਾਰੇ ਕੋਲ, ਬਹੁਤ ਜ਼ਿਆਦਾ ਖੁਸ਼ਗਵਾਰ ਮੌਸਮ ਥੀ ਗਈ ਯਾਰ, ਅਤੇ ਇਸ ਜਗ੍ਹਾ 'ਤੇ ਬਹੁਤ ਮਜ਼ਾ ਆਉਂਦਾ ਫਿਰ ਤੱਕ ਤੂੰ ਬਿਲਕੁਲ ਇਹ ਖੜੋਤੀ, ਇਸ ਵਜ੍ਹਾ ਤੋਂ ਵੀ ਮੇਰੇ ਉੱਤੇ ਬਾਰਿਸ਼ ਦੀ ਕਤਰੇ ਆਉਂਦੇ ਕੋ ਨਹੀਂ ਪਏ, ਲੇਕਿਨ ਮੈਂ ਥੋੜ੍ਹਾ ਥੋੜ੍ਹਾ ਮੇਰੇ ਉੱਤੇ ਨਹੀਂ ਆਉਂਦੇ ਪੈਣ, ਬਸ ਫਿਰ ਆਉਂਦੀ ਸਾਈਡ 'ਤੇ, ਤਾਂ ਬਹੁਤ ਮਜ਼ਾ ਆਉਂਦਾ ਪਈ ਥੱਲੇ ਬਹਾਉਣ 'ਤੇ। ਵੈਸੇ ਬਹੁਤ ਯਾਰ ਤੇਜ਼ ਸੀਨੀ ਪਈ ਬਹੁਤ ਵੇਲੇ, ਹਵਾ ਚੱਲੀ ਖੜੀ, ਹਵਾ ਜਿਵੇਂ ਤੇਜ਼ ਥੀਂਦੀ ਹੈ ਬਾਰਿਸ਼ ਨਹੀਂ ਤੇਜ਼ ਥੀ ਜਾਂਦੀ, ਅਤੇ ਹਵਾ ਜਿਵੇਂ ਬੰਦ ਥੀਂਦੀ ਬਾਰਿਸ਼ ਬਣ ਜਾਂਦੀ, ਵੈਸੇ ਕਾਫੀ ਮਜ਼ੇ ਦਾ ਸੀਨ ਬਣ ਕਰ ਜੁਲਦੇ ਹਾਂ। ਪਾਰਕ ਸਰ ਦਾ ਕਿਆ ਮੌਸਮ ਸੀ, ਪਾਰਕ ਤੱਕ ਦਿਖਾਉਣਾ, ਵੈਸੇ ਕੱਲ੍ਹ ਡਿਊਟੀ ਤੱਕ ਦਿਖਾਇਆ, ਲੇਕਿਨ ਸਾਹਿਬ ਇੰਜੋਏ ਕਰਨ ਵਾਲਾ ਥੋੜ੍ਹੇ ਬਾਅਦ ਜੁੜ ਕੇ ਤੁਹਾਨੂੰ ਵੀ ਦਿਖਾਉਣਾ। ਵੈਸੇ ਮੈਂ ਕੁਛ ਚਿਰ ਵਾਸਤੇ ਇੱਕ ਗੱਲ ਯਾਦ ਆ ਗਈ, ਪਾਰਕ ਤੱਕ ਸੁਣਿਆ ਨਾ, ਬਹੁਤ ਮਜ਼ੇ ਦੀ ਗੱਲ ਹੈ। ਵੈਸੇ ਇੱਕ ਵਾਰੀ ਮੈਂ ਇਸੇ ਪਾਰਕ ਗਿਆ,
आज तू 3 साल पहले दी गल है। वैसे तो मैं इन पार्क संग वैसे इंजॉय शॉय रन करने वैसे तो मैं काफ़ी देर तक उत्थे वधा रहा हूँ, इस वजह तो मेरे को काफ़ी लगदी हैं कि मैं ज़्यादा देर तक उठाई वधा रहा हूँ, तो मैं धमी नाल रहना हूँ तो दोपहर टाइम वापस आना हूँ। तो वैसे एक बार मुझे झूले खाँदा बैठा हूँ तो दू निके निके बाल खेलते हुए है ना, फिर एक वधा ही तो उसने मैं हटाया मैं को एक लग वैसे झूले लगू ना वत वत अच्छा दूजा खड़ो तो मैंने भाई भाई के वत आता झूले देखो मैं तेज तेज खाँदा बैठा हूँ बस वो अगू आया उसको लगा इतने मत्थे दे बीच बिल्कुल उड़ के वो वहीं टट्ठा उसके मत्थे जो इतना खून निकल आना, उस बार मैं इतना डर गया कि मैं आके मैं एक बार कुटे से नहीं कुटे से, लेकिन वैसे ना मैं कुछ नहीं आखा तो मैं आप डर के मल भी गया हूँ वैसे उस जगह तो वैसे डरा मैं उड़न वा यार यार बस वो बारिश बहुत तेज थी चुकी मेरा तो उड़ गया सारा पत्थरे भी वो काफ़ी तेज थी चुकी हुई यार मैं ना फिर अंदर वैसे तू बदल लेख सारा वैसे जो देखो कितनी खूबसूरत बारिश आनी चाहिए तो सारा खूबसूरत खूबसूरत पौधा देख फैलता खड़ा हवा दे मैं कुछ चीज़ें बड़ी पसंद आती वैसे तक मंजी दस हवा के नाल तेज थी वी तो हवा के नाल स्लो थी वी तो काफ़ी आज वैसे इंजॉय करने का सही मजा आना। वैसे भी उस बारिश तो बाद इतना खूबसूरत मरी वाला माहौल बन चुका है, मैं तो बहुत खुश हाँ इस चीज़ वाला मौसम बने, वैसे तो आपको माहौल लिखना इतना खूबसूरत है क्या तुम्हारे को बारिश आई तो कमेंट करके लाजमी दस्यो यार। वैसे व्यूअर्स देखो किस तरह का खूबसूरत माहौल थे पौधे वैसे इंजॉय कर देख रहे सारे देखो हल देख रहे सारे सारे बल देख रहे व्यूअर्स मैं आया हूँ पार्क से इंजॉय करन वैसे मैं आया क्योंकि सामान गिन आई तो मैं इन्हें चक्कर ही मारे वे ना तो आया अगर तक बंदे ना रहना वैसे तो कर दे ये ईद रूड़ी वाले बंदा मेरे को मिला भी नहीं वे हैं यो मिलसा तो वैसे इंजॉय करी ने बैठे दो तो मैं जुल दाते क्योंकि मैं काफी लेट थी चुकी है बाल जात लाई खड़े यार यार देखो उनार भाई कूल डाउन यार इजी हाँ की नहीं आई नहीं इजी बैठे जवार भाई और चाचा सुन दे इंजॉयिंग सीन है लेकिन कल दिन इस बार इतना ज्यादा नहीं है तक वो तो फास्ट डे था फास्ट डे इंजॉयिंग सीन देखो वैसे यार बस हो गई घुमा इसने घुमा वाह ये देखो यार सेटिंग है भाई बस नहीं भाई काफी खूबसूरत माहौल सूरज सर वैसे आज टिकी थी गरूब थी मेरा समझ भाई गरूब थी गरूब कोने को बदल आए खड़े क्योंकि आज तक मैं दसा ही सेकेंड टाइम काफी खूबसूरत बारिश का सीन है बैठे पैर पैर सप गोरी चलो लास्ट सीन व्यूअर्स नाइस हो गया मैंने वैसे आज की सारी वीडियो तक पसंद है टाइम तकरीबन 10:30 थी जो है तो काफ़ी लेट थे चुके हैं तो मिलते हैं नेक्स्ट वीडियो बाय।